दाखल किन्ने वारी कराया तुहानू? दाखल मैनू दो वारी कराया जी। अच्छा, उस तो बाद छड्डिया तुसी? नहीं जी। अच्छा, किन्ना चिर दाखल रहे? तलब लगती सी जनी बहुत गंदी तलब है जी। अच्छा अच्छा, फिर चर्च बारे किवें पता लग्या, चंगियाई किवें मिली? चर्च साडे पिंडों ड्राइवर निक्का एक गड्डी चलाउंदा, उन्होंने चर्च बारे दस्या। उन्होंने चर्च बारे दस्या। फिर तुसीं चर्च आउणा स्टार्ट कीता? मम्मी आउंदे सी पहलां चर्च इत्थे, हौली हौली मुड़ के इह कहिण लग गए वी चलो इह मैनूं मम्मी लै के आउंदी नहीं सीगी, मैं इहनां नूं बार च उतार के मुड़ जांदा हुंदा सीगा। अच्छा, जानी कि चर्च दे अंदर नहीं आउंदे? चर्च दे अंदर नहीं आउंदा सीगा। ਤੇ ਹੌਲੀ ਹੌਲੀ ਪਾਸਟਰ ਜੀ ਕਹਿੰਦੇ ਵੀ ਕੋਈ ਨੀ ਮੈਂ ਤੁਹਾਨੂੰ ਇੱਥੇ ਬੈਠਾ ਵਿਖਾ ਦੂੰਗਾ। ਤੇ ਬਸ ਉਦੋਂ ਬਾਅਦ ਆਪਣੇ ਪ੍ਰੇਅਰ ਹੋਈ ਸੀ ਘਰੇ, ਪ੍ਰਾਰਥਨਾ ਹੋਈ ਸੀਗੀ, ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ। ਉਦੋਂ ਬਾਅਦ ਬਪਤਿਸਮਾ ਲੈਣ ਗਏ ਸੀਗੇ, ਬਪਤਿਸਮਾ ਮਿਲ ਗਿਆ ਉਦੋਂ ਬਾਅਦ ਬਸ। ਅੱਛਾ, 28 ਜਾਨੀ ਕਿ ਜਦੋਂ ਚੰਗਿਆਈ ਤੁਹਾਡੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ, ਉਦੋਂ ਕੀ ਲੱਗਿਆ ਤੁਹਾਨੂੰ? ਉਦੋਂ ਬਸ ਇਕਦਮ ਅੱਗ ਹੀ ਨਿਕਲਦੀ ਸਰੀਰ ਚੋਂ, ਝਟਕਾ ਜਿਹਾ ਲੱਗਿਆ, ਗਰਮਾਹਟ ਜੀ ਮਹਿਸੂਸ ਹੋਈ। ਹਾਂਜੀ, ਤੁਹਾਨੂੰ ਲੱਗਿਆ ਕੁਛ ਤੁਹਾਡੇ ਚੋਂ ਨਿਕਲਿਆ? ਹਾਂਜੀ ਹਾਂਜੀ, ਪ੍ਰਭੂ ਦੀ ਆਤਮਾ ਨੇ ਉਸ ਦਿਨ ਤੁਹਾਨੂੰ ਛੂਹਿਆ। ਹਾਂਜੀ, ਹੁਣ ਕਿੰਨੇ ਚਿਰ ਤੋਂ ਚਿੱਟਾ ਨਹੀਂ ਖਾਂਦੇ? ਮੈਂ ਪਿਛਲੇ ਸਾਲ ਦੇ 28 ਅਪ੍ਰੈਲ ਨੂੰ ਬਪਤਿਸਮਾ ਲਿਆ ਸੀਗਾ, ਉਦੋਂ 28 ਅਪ੍ਰੈਲ ਨੂੰ ਮੇਰਾ ਸਮਾਨ ਲੱਗਿਆ ਸੀਗਾ। ਉਦੋਂ ਬਾਅਦ ਜਿਸ ਦਿਨ ਬਪਤਿਸਮਾ ਲੈਣ ਗਏ ਉਹਦੇ ਵੀ ਲੱਗਿਆ ਸੀਗਾ ਜੀ, ਖਾ ਕੇ ਗਏ ਸੀ। ਹਾਂਜੀ, ਬਾਈਬਲ ਕਹਿੰਦੀ ਜਿਹੜਾ ਤੋਬਾ ਕਰੇਗਾ ਔਰ ਬਪਤਿਸਮਾ ਲਏਗਾ ਉਹ, ਇਹ ਸੱਚਮੁੱਚ ਪ੍ਰਭੂ ਦਾ ਵਚਨ ਪੂਰਾ। ਅੱਛਾ, ਬਪਤਿਸਮੇ ਤੋਂ ਬਾਅਦ ਤੁਸੀਂ ਕੋਈ ਚਿੱਟਾ ਨਹੀਂ ਲਾਇਆ? ਬਿਲਕੁਲ ਹੀ ਨਹੀਂ ਗਈ। ਅੱਛਾ, ਦਿਲ ਵੀ ਨਹੀਂ ਕਰਦਾ? ਨਾ,
ਮੇਰੇ ਤਾਂ ਭਾਵੇਂ ਕੋਲੇ ਬੈਠਾ ਕੋਈ ਲਾਈ ਜਾਵੇ ਮੈਨੂੰ ਤਾਂ ਵੀ ਨਹੀਂ ਸੀ ਕਰਦਾ। ਅੱਛਾ ਹੁਣ ਨਹੀਂ ਆਉਂਦੇ ਉਹ ਚਿੱਟੇ ਵਾਲੇ ਬੰਦੇ ਨੂੰ ਵੇਖ ਕੇ ਡੁੰਗਣਾ ਖੜਾ ਹੋ ਜਾਂਦਾ ਸੀਗਾ ਵੀ ਲਾ ਕੇ ਆਈਏ ਚੱਲ ਇਹਦੇ ਨਾਲ। ਅੱਛਾ ਵੀ ਉਦੋਂ ਜਦੋਂ ਚਿੱਟੇ ਵਾਲਾ ਉਹਨੂੰ ਦਿਲ ਕਰਨਾ ਵੀ ਲਾ ਕੇ ਹਾਂਜੀ ਹਾਂਜੀ ਹੁਣ ਨਹੀਂ ਦਿਲ ਉਹਨੂੰ ਵੱਲੋਂ ਮੱਲੀ ਜੀ ਕਰਨਾ ਜਦੋਂ ਵੇਖ ਲਾਂਗਾ ਨਾ ਇਹ ਚਿੱਟੇ ਵਾਲੇ ਦੀ ਇਹ ਹੁੰਦਾ ਵੀ ਇੱਕ ਦੂਜੇ ਨੇ ਵੇਖ ਲਿਆ ਬਸ ਉਹਦੇ ਹੀ ਇੱਕ ਦੂਜੇ ਨਾਲ ਕੰਟੈਕਟ ਹੋ ਜਾਂਦਾ ਬਾਅਦ ਉਹਦੇ ਚੱਲ ਮਿਲਦਾ। ਅੱਛਾ ਹੁਣ ਜਾਨੀ ਕਿ 1.5 ਸਾਲ ਹੋ ਗਿਆ। 1.5 ਸਾਲ ਤੋਂ ਉੱਤੇ ਹੀ ਉਹ ਚੱਲੇ ਜੀ ਮੈਨੂੰ ਤਾਂ। ਅੱਛਾ ਹੁਣ ਜਿਹੜੇ ਤੇਰੇ ਕੋਲ ਚਿੱਟੇ ਵਾਲੇ ਫੇਰ ਆਉਂਦੇ ਹੀ ਹੋਣਗੇ ਉਹ ਬੰਦਾ ਆਉਂਦਾ ਕੰਮ ਕੁੰਮ ਕਰਾ ਕੇ ਮੁੜ ਜਾਂਦੇ ਆ ਬਾਪੂ ਜੀ ਆਉਂਦੇ ਨਹੀਂ ਖਾਲਾ। ਹਾਂਜੀ ਆਉਂਦੇ ਨਹੀਂ ਖਾਲਾ ਨਾ ਸਵਾਲ ਨਹੀਂ ਪਤਾ। ਅੱਛਾ ਅੱਛਾ ਮੇਰਾ ਆਪਦਾ ਹੀ ਨਹੀਂ ਮਨ ਮੰਨਦਾ ਜੀ। ਠੀਕ ਹੈ ਤੇ ਹੁਣ ਉਹਨਾਂ ਨੂੰ ਕਹਿਣਾ ਕਿ ਪੁੱਛਦੇ ਹੁਣ ਕੀ ਕੀਤਾ ਤੂੰ ਖਾਂਦਾ ਨਹੀਂ ਹੁਣ ਉਹਨਾਂ ਨੂੰ ਪਤਾ ਹੀ ਹੈ ਜੀ ਪ੍ਰਭੂ ਦੇ ਲੜ ਲੱਗਿਆ ਜੀ। ਅੱਛਾ ਅੱਛਾ ਬਾਕੀ ਮੈਂ ਤਾਂ ਵੈਸੇ ਉਹਨਾਂ ਨੂੰ ਬਹੁਤ ਹਰੀ ਕਿਹਾ ਵੀ ਤੁਸੀਂ ਵੀ ਬਹੁਤ ਸਾਰੇ ਗੁਰੂ ਬਾਜੋਗੇ। ਹਾਂ ਪ੍ਰਭੂ ਲਈ ਵੱਡੀ ਸਾਰੀ ਤਾਰੀਫ ਕਰਦੇ ਹਾਂ ਇਸ ਲਾਈਫ ਚੇਂਜਿੰਗ ਲਈ ਵੱਡੀ ਸਾਰੀ ਮੈਂ ਕਿਹਾ ਵੱਡੀ ਸਾਰੀ। हमारे YouTube चैनल को सब्सक्राइब करें ताकि आप परमेश्वर के गहरे वेदों को जान सकें कि कैसे आप परमेश्वर में बढ़ सकते हैं, कैसे आप दुष्ट आत्माओं से, नशों से, बीमारियों से और वंचों के श्रापों से आजाद हो सकते हैं।